ਯਾਰ ਕੱਲ ਬਿੰਦੂ ਦਾ ਫੋਨ ਆਇਆ ਸੀ, ਕੀ ਕੰਮ ਸੀ? ਫੋਨ ਕਰ ਲਈਓ ਤੁਸੀਂ। ਕਲਾਇੰਟ ਦਾ ਫੋਨ ਹੈ। ਸਤਿ ਸ਼੍ਰੀ ਅਕਾਲ ਬਾਈ। ਉਹ ਕਿਉਂ? ਲੈ ਤੂੰ ਬੜਾ ਬੰਦਾ ਯਾਰ, ਮੈਂ ਤੈਨੂੰ ਇੰਨੇ ਪਿਆਰ ਨਾਲ ਗੱਲ ਕਰੀ ਜਾਂਦਾ ਹੈਗਾ, ਤੂੰ ਮੇਰੀ ਬੇਇੱਜ਼ਤੀ ਕਰੀ ਜਾਂਦਾ ਹੈਗਾ, ਸਤਿ ਸ਼੍ਰੀ ਅਕਾਲ ਦਾ ਜਵਾਬ ਤਾਂ ਦੇ ਦਿੰਦਾ। ਸਤਿ ਸ਼੍ਰੀ ਅਕਾਲ ਬੁਲਾਉਣਾ ਤੇਰਾ ਫਰਜ਼ ਬਣਦਾ, ਜਵਾਬ ਦੇਣਾ ਨਾ ਦੇਣਾ ਅਫਸਰਾਂ ਦੀ ਮਰਜ਼ੀ। ਅਫਸਰ ਨੂੰ ਤਾਂ ਬੜਾ ਮਨਮੋਹਨ ਸਿੰਘ ਲੱਗ ਗਿਆ, ਆ ਕਾਲਾ ਕੋਟ ਪਤਾ ਨਹੀਂ ਕਿਵੇਂ ਪਾ ਰੱਖਿਆ। ਠੰਡ ਲੱਗਦੀ ਹੈ ਤਾਂ ਪਾਇਆ। ਦੇਖ ਤਾਂ ਸੀ ਕਿਵੇਂ ਬੋਲੀ ਜਾਂਦਾ ਸੈੱਲ ਵਾਲੇ ਬਾਂਦਰ। ਬਾਈ ਮੈਂ ਕੋਈ ਗੱਲ ਕਰਨ ਲਈ ਫੋਨ ਕੀਤਾ ਹੈ, ਤੂੰ ਮੇਰੀ ਗੱਲ ਤਾਂ ਸੁਣ ਲੈ। ਵਕੀਲ ਬੰਦੇ ਨੂੰ ਥੋੜ੍ਹਾ ਵੱਧ ਬੋਲਣ ਦੀ ਆਦਤ ਹੁੰਦੀ ਹੈ ਬਸ। ਦੇਖਿਆ ਮੈਂ ਤੈਨੂੰ ਵੱਡੇ ਵਕੀਲ ਨੂੰ, ਵੱਡਾ ਜੇਠ ਨਾਲ ਨਹੀਂ ਕਿਵੇਂ ਵਕਾਲਤਾ ਕਰਦਾ ਹੈ, ਉਹ ਆਪਦੇ ਪਿਓ ਅੱਗੇ ਤਾਂ ਡੈਥ ਬੋਲੀ ਨਾ। ਨਾਲੇ ਮੈਨੂੰ ਵੀ ਜਾਗਰ ਵਿਦੇਸ਼ ਵਾਲਾ ਕਹਿੰਦੇ ਆ, ਆ ਬੋਲ ਬੋਲ ਕੇ ਤੇਰੇ ਵਰਗੇ ਟੱਟੂਆਂ ਤੋਂ ਪੈਸੇ ਵੜਨਾ ਹੈਗਾ। ਤਾਲਿਆ ਤੂੰ ਘੱਟ ਬੋਲਿਆ ਕਰ, ਤੇਰੇ ਪਹਿਲੀ ਪਥਰੀ ਹੈ। ਉਹ ਤੂੰ ਡਾਕਟਰ ਹੈ ਕਿ ਵਕੀਲ ਹੈ? ਤੇਰੀਆਂ ਗੱਲਾਂ ਦਾ ਵੀ ਕੁਛ ਨਹੀਂ ਪਤਾ ਲੱਗਦਾ। ਤੇਰੇ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ, ਤੇਰੀ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ। ਥੱਪੜ ਮਾਰੂ ਸਾਲਿਆਂ ਨੇ। ਥੱਪੜ ਤਾਂ ਕੀ ਮਾਰੇਗਾ, ਮੈਂ ਤੇਰੀਆਂ ਨਾਸਾਂ ਨਾ ਭੰਨ ਦੇ। ਜੇ ਬੰਦੇ ਦਾ ਪੁੱਤ ਨਾ, ਹੁਣੇ ਮੇਰੇ ਸਾਹਮਣੇ ਆ ਜਾਓ। ਐ ਕਿਵੇਂ ਆ ਜਾਓ, ਤੇਰੀ ਮਰਜ਼ੀ ਹੋ ਗਈ, ਹੁਣ ਹੀ ਆ ਜਾਓ, ਕਹਿੰਦਾ ਹੁਣ ਹੀ ਆ ਜਾਓ। ਕੀ ਗੱਲ, ਹੁਣ ਫੂਕ ਵੀ ਨਿਕਲ ਗਈ, ਅਜਾ ਕੱਲ ਲੜਾਈ ਮੇਰੇ ਨਾਲ। ਲੜਾਈ ਦਾ ਵੀ ਕੋਈ ਟਾਈਮ ਟੇਬਲ ਹੁੰਦਾ? ਉਹ ਲੜਾਈ ਦਾ ਕੀ ਟਾਈਮ ਟੇਬਲ ਬਣਾਉਣਾ, ਜਿੱਥੇ ਜੀ ਕੀਤਾ ਬੰਦਾ ਫੈਂਟਾ। ਨਾਲੇ ਭਰਾਵਾ ਬਾਹਰ ਜਾਣ ਵਾਸਤੇ ਲੜਾਈ ਨਹੀਂ, ਪੈਸੇ ਲੱਗਦੇ ਆ। ਆ ਇੱਕ ਅੱਧਾ ਪਲਾਟ ਪਲੂਟ ਵੇਚ ਕੇ ਪੈਸੇ ਲਿਆ, ਜੇ ਬਾਹਰ ਜਾਣਾ ਤਾਂ। ਕਿਹੜਾ ਪਲਾਟ ਓਏ, ਆ ਮਹੀਨੇ ਬਾਅਦ ਤਾਂ ਮੇਰੀ ਇੱਥੇ ਰਜਿਸਟਰੀ ਹੋ ਜਾਣੀ ਹੈ। ਰਜਿਸਟਰੀ ਤੂੰ ਵੈਲੀਆਂ ਦਾ ਮੁੰਡਾ, ਨਾਲੇ ਆ ਸਾਰਾ ਕੁਝ ਤੇਰਾ ਮੈਂ ਫੋਨ 'ਚ ਰਿਕਾਰਡ ਕਰ ਲਿਆ, ਘਰੇ ਦਿਖਾਊਂਗਾ ਤੇਰੇ। ਉਹ ਤੂੰ ਨਾ ਟਲਿਆ, ਕਰਤੀ ਨਾ ਬਠਿੰਡੇ ਵਾਲੀ ਤਾਂ। ਓਏ ਤੂੰ ਬਠਿੰਡੇ ਬਠਿੰਡੇ ਵਾਲਾ ਨਾ ਕਹਿ, ਮੈਂ ਤਾਂ ਮਜ਼ਾਕ ਕਰਦਾ ਸੀ, ਮੈਂ ਕੋਈ ਰਿਕਾਰਡਿੰਗ ਰਿਕੂਰਡਿੰਗ ਨਹੀਂ ਲਾਈ। ਨਾ ਮਜ਼ਾਕ ਨੂੰ ਤੇਰੀ ਸਾਲੀ ਲੱਗਦੀ ਹੈ ਮੈਡਮ। ਯਾਰ ਬਹੁਤ ਹੋ ਗਿਆ ਲੜਾਈ ਡੱਪਾ ਤੇ ਚੌੜ ਚੱਪਾ, ਕੰਮ ਦੀ ਗੱਲ ਕਰੀਏ। ਓ ਅੱਛਾ ਜੀ, ਯਾਰ ਤੇਰਾ ਬਾਪੂ ਆਇਆ ਸੀ ਕੱਲ, ਤੇਰੀ ਫਾਈਲ ਲੈ ਗਿਆ ਵਾਪਿਸ, ਕਹਿੰਦਾ ਅਸੀਂ ਵੀ ਭੇਜਣਾ ਮੁੰਡਾ ਬਾਹਰ ਬੂਰ। ਨਾਲੇ ਮੈਨੂੰ ਗਾਲਾਂ ਕੱਢ ਗਿਆ, ਇੱਥੋਂ ਨਹੀਂ ਭਰਾਵਾ ਹੋਣਾ ਤੇਰਾ ਕੰਮ ਕੋਈ। ਭਾਜੀ ਐਂ ਨਾ ਕਹੋ, ਡੈਡੀ ਵੱਲੋਂ ਮੈਂ ਮਾਫੀ ਮੰਗਦਾ। ਉਹ ਚੰਗਾ ਮਾਫ ਕੀਤਾ ਵੀਰੇ, ਮੈਨੂੰ ਕੱਢ ਇੱਥੋਂ, ਇਹ ਮੈਨੂੰ ਨਰਕ ਚੋਂ ਕੱਢ ਦੇ, ਮੈਨੂੰ ਬਾਹਰ ਲੈ ਜਾ। ਉਹ ਲੈ ਰੋਂਦਾ ਕਿਉਂ ਹੈ, ਆਪਾਂ ਬੰਦੇ ਹੀ ਬਾਹਰ ਭੇਜੀ ਦੇ ਆ, ਹੋਰ ਕਿਹੜਾ ਇੱਥੇ ਗੋਲ ਗੱਪੇ ਵੇਚਦੇ ਆ। ਉਹ ਅੱਛਾ ਜੀ, ਉਹ ਭਰਾਵਾ ਤੂੰ ਤਾਂ ਦਸਵੀਂ ਪੜ੍ਹਿਆ ਹੈਗਾ, ਦਸਵੀਂ ਤੋਂ ਇਲਾਵਾ ਕੁਛ ਹੋਰ ਕੀਤਾ ਕਿ? ਦਸਵੀਂ ਚ ਐਨਸੀਸੀ ਸੀ ਮੇਰੇ ਕੋਲੇ। ਉਹ ਫੇਰ ਤਾਂ ਤੈਨੂੰ ਵੱਡਾ ਸਾਰਾ ਇਨਾਮ ਮਿਲਣਾ ਚਾਹੀਦਾ ਹੈ, ਦਸਵੀਂ ਚ ਐਨਸੀਸੀ। ਉਹ ਗੱਲ ਇਹ ਹੈ ਵੀ ਬਾਹਰ ਜਾਣ ਵਾਸਤੇ ਅੰਗਰੇਜ਼ੀ ਆਉਣੀ ਜ਼ਰੂਰੀ ਆ, ਜੇ ਤੈਨੂੰ ਆਉਂਦੀ ਹੈ ਤਾਂ ਦੱਸ। ਅੰਗਰੇਜ਼ੀ ਅੰਗਰੇਜ਼ੀ ਸਾਰੇ ਮੂੰਹ ਤੋਂ ਬੋਲੀ ਨਹੀਂ ਜਾਂਦੀ, ਤੇ ਜਦੋਂ ਬੋਲੀ ਜਾਂਦੀ ਹੈ ਉਦੋਂ ਬੋਲਣ ਜੋਗੇ ਨਹੀਂ ਹੁੰਦੇ। ਉਹ ਸੱਚੇ ਪੰਜਾਬੀਆਂ ਨੇ ਗੁਣੀ ਆ ਤੇਰੇ ਚ ਵੀ, ਤੂੰ ਦਾਰੂ ਪੀ ਕੇ ਬੋਲ ਸਕਦਾ ਹੈ? ਉਹ ਤਾਂ ਹੈਗਾ ਹੀ ਹੈ ਜੀ, ਕੋਈ ਸ਼ੱਕ ਹੈ? ਚੰਗਾ ਮੈਂ ਤੈਨੂੰ ਇੱਕ ਸ਼ਬਦ ਪੁੱਛਦਾ ਹੈ, ਉਹਦੀ ਅੰਗਰੇਜ਼ੀ ਸਪੈਲਿੰਗ ਦੱਸ। ਮੈਥੋਂ ਪੁੱਛੋ, ਮੈਂ ਕੱਢੂ ਬਾਟਾ। ਹਾਥੀ, ਹਾਥੀ ਯਾਨੀ ਕਿ ਐਲੀਫੈਂਟ, ਐਲੀਫੈਂਟ ਦੀ ਸਪੈਲਿੰਗ ਦੱਸ। ਆਪਾਂ ਮਾਸਟਰ ਜੀ ਐਡੇ ਵੱਡੇ ਜਾਨਵਰ ਨਾਲ ਕਾਹਨੂੰ ਪੰਗਾ ਲੈਣਾ ਜੀ, ਕੱਟੇ ਬੱਚੇ ਨਾਲ ਸਾਰ ਲਓ ਕਿਸੇ ਨਾਲ ਜੀ। ਲੱਗਦਾ ਕੱਟੇ ਬੱਚੇ ਦਾ ਤੈਨੂੰ ਕੁਛ ਆਉਂਦਾ ਵੀ ਹੈ ਕਿ ਨਾ? ਉਹ ਤੈਨੂੰ ਕੋਈ ABC ਵਗੈਰਾ ਆਉਂਦੀ ਹੈ? ਜੇ ਆਉਂਦੀ ਹੈ ਤਾਂ ਬੋਲ ਕੇ ਸੁਣਾ। A ਫੋਰ ਅਸਲਾ, B ਫੋਰ ਬੰਦੂਕ, C ਫੋਰ ਚਾਕੂ। ਉਹ ਵੱਡਿਆ ਬੈਲੀਆ, ਤੈਨੂੰ ਤਾਂ ਕੱਖ ਨਹੀਂ ਆਉਂਦਾ, ਅੰਗਰੇਜ਼ਾਂ ਸਾਹਮਣੇ ਕਿਵੇਂ ਬੋਲੇਗਾ ਅੰਗਰੇਜ਼ੀ? ਤੂੰ ਤੌੜੀ ਨਾਲ ਹਾਲੀ ਜਾ ਆਪਦਾ ਕੰਮ ਕਰ। ਉਹ ਤੈਨੂੰ ਅੰਗਰੇਜ਼ੀ ਤਾਂ ਬੋਲਣੀ ਨਹੀਂ ਆਉਂਦੀ, ਤੂੰ ਨਹੀਂ ਜਾ ਸਕਦਾ ਬਾਹਰ, ਚੱਲ ਫੋਨ ਕੱਟ।